ਆ ਸਰਦਾਰ ਪਟੇਲ ਤੋਂ ਬਾਅਦ ਸਰਦਾਰ ਦਾ ਖਿਤਾਬ ਦਿੱਤਾ। ਅਸੀਂ ਪੁੱਛਿਆ ਬਹਾਦਰ ਸਾਹਿਬ 10 ਸਾਲ ਦਾ ਲਗਾਤਾਰ ਕਾਂਗਰਸ ਨੇ ਕੱਟ ਕੀਤੀਆਂ ਪ੍ਰਧਾਨ ਮੰਤਰੀ ਬਣਾਇਆ ਇੱਥੇ ਤਾਂ 10 ਦਿਨ ਕੋਈ ਸਰਪੰਚ ਵੀ ਨਹੀਂ ਕਿਸੇ ਨੂੰ ਰਹਿ ਦਿੱਤੇ। ਇੱਥੇ ਤਾਂ ਭਰਾ ਸਰਪੰਚੀਆਂ ਦੇ ਬੱਚੀਆਂ ਪਿੱਛੇ ਲੜਦੇ। ਇਹ ਤਾਂ ਸਾਡੀ ਪਾਰਟੀ ਦੀ ਪ੍ਰਧਾਨ ਹੈ ਸੋਨੀਆ ਗਾਂਧੀ ਜੀ ਜਿਹਨਾਂ ਨੇ ਘਰ ਆਈ ਪ੍ਰਧਾਨ ਮੰਤਰੀਸ਼ਿਪ ਇੱਕ ਸਿੱਖ ਪ੍ਰਾਈਮ ਮਿਨਿਸਟਰ ਨੂੰ ਬਣਾ ਕੇ 10 ਸਾਲ ਲਗਾਤਾਰ ਪ੍ਰਧਾਨ ਮੰਤਰੀ ਰਹੇ ਆ। ਅਸੀਂ ਤੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਚ ਅਰਦਾਸਾਂ ਕਰਕੇ ਸਰਪੰਚੀਆਂ ਪਿੱਛੇ ਲੋਕ ਮੁਕਰਦੇ ਬੈਠੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ। ਸਾਡੇ ਪਿੰਡਾਂ ਚ ਹੋਇਆ 2.5 ਸਾਲ ਹਾਂ ਕਰਦੀ ਮੈਂ ਉੱਥੇ ਹਾਜ਼ਰ ਸੀ। ਆਪ ਮੇਰੇ ਹੱਥ ਜੋ 2.5 ਸਾਲ ਗੁਜ਼ਰ ਗਏ ਮੁਕਰ ਗਿਆ। ਤੋ ਬੇਨਤੀ ਮੇਰੀ ਇਹ ਹੈ ਕਿ ਪ੍ਰਾਈਮ ਮਿਨਿਸਟਰ ਬਣਾਇਆ ਮੈਂ ਉਹਨਾਂ ਨੂੰ ਕਿਹਾ ਜੀ